ਕੌਰ ਸੰਧੂ ਬੁਟੀਕ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਾਡੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ਆਈਡੀ ਹੈ ਜੀ। ਅੱਜ ਤੁਹਾਨੂੰ ਸਾਡੇ ਬੁਟੀਕ 'ਤੇ ਜਿਹੜੇ ਸੂਟ ਤਿਆਰ ਹੋਏ ਨੇ ਉਹ ਦਿਖਾਵਾਂਗੇ ਸਾਰੇ, ਕਿਸ ਡਿਜ਼ਾਇਨ ਨਾਲ ਆਪਾਂ ਨੇ ਸੂਟਾਂ ਨੂੰ ਤਿਆਰ ਕਰਿਆ। ਇਹ ਵੀਡੀਓ ਜਿਹੜੀ ਹੈਗੀ ਮੈਂ ਬਾਹਰ ਬੈਠ ਕੇ ਬਣਾ ਰਹੀ ਹਾਂ ਜੀ, ਵਿਹੜੇ ਦੇ ਵਿੱਚ। ਇਹਦੇ ਵਿੱਚ ਤੁਹਾਨੂੰ ਚਿੜੀਆਂ ਦੀ ਚੀਂ ਚੀਂ ਹੈ ਨਾ, ਸਾਰਾ ਮੱਝਾਂ ਦੀ ਆਵਾਜ਼ ਵੀ ਸੁਣ ਸਕਦੀ ਹੈ। ਪਲੀਜ਼ ਇਗਨੋਰ ਕਰਿਓ, ਕਿਉਂਕਿ ਅੰਦਰ ਆਪਣੇ ਦੁਕਾਨ ਦੇ ਵਿੱਚ ਜਿਹੜਾ ਹੈਗਾ ਕੰਮ ਚੱਲਦਾ ਸੀਗਾ, ਥੋੜ੍ਹਾ ਜਿਹਾ ਮਿਸਤਰੀ ਆਏ ਹੋਏ ਸੀਗੇ ਕੰਮ ਕਰ ਰਹੇ, ਅਤੇ ਇਸ ਕਰਕੇ ਇਹ ਵੀਡੀਓ ਮੈਂ ਬਾਹਰ ਬਣਾ ਰਹੀ ਹਾਂ, ਕਿਉਂਕਿ ਆਪਣੇ ਘਰ ਆਲੇ ਦੁਆਲੇ ਦਰੱਖਤ ਬਹੁਤ ਨੇ ਜੀ, ਉੱਥੇ ਪੰਛੀ ਰਹਿੰਦੇ ਆ। ਚਲੋ ਪੰਛੀਆਂ ਦੀ ਹੈ ਨਾ ਆਵਾਜ਼ ਆਪਾਂ ਨੂੰ ਸੁਣਨੀ ਵੀ ਜਿਹੜੀ ਹੈਗੀ ਵਧੀਆ ਲੱਗਦੀ ਹੈ। ਸਵੇਰ ਦਾ ਟਾਈਮ ਸੀਗਾ, ਸਵੇਰੇ ਥੋੜ੍ਹਾ ਜਿਹਾ ਜਿਹੜਾ ਹੈਗਾ ਪੰਛੀਆਂ ਦੀ ਆਵਾਜ਼ ਜ਼ਿਆਦਾ ਆਉਂਦੀ ਹੈ, ਸਾਨੂੰ ਤਾਂ ਬਹੁਤ ਵਧੀਆ ਲੱਗਦੀ ਹੈ। ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਹੁਣ ਸਵੇਰ ਦਾ ਟਾਈਮ ਹੈਗਾ ਆ, ਜਿਹੜੇ ਹੁਣ ਮੈਂ ਸੂਟ ਦੇਣੇ ਸੀਗੇ ਹੈ ਨਾ ਆਪਣੇ ਬੁਟੀਕ ਤੋਂ, ਕੌਰ ਸੰਧੂ ਬੁਟੀਕ ਸੈਂਟਰ ਤੋਂ ਸੂਟ ਤਿਆਰ ਹੋਏ ਆ, ਅਤੇ ਉਹ ਸੂਟ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਹਾਂ, ਕਿਉਂਕਿ ਬਹੁਤ ਭੈਣਾਂ ਦੇ ਕਮੈਂਟ ਵੀ ਆਉਂਦੇ ਆ ਹੈ ਨਾ ਵੀ ਕਟਾਈ ਦੱਸੋ। ਅਤੇ ਪਹਿਲਾਂ ਆਪਾਂ ਨੇ ਇੱਕ ਵੀਡੀਓ, ਇਸ ਤੋਂ ਪਹਿਲਾਂ ਵੀਡੀਓ ਦਿੱਤੀ ਵੀ ਹੈ ਜੀ, ਆਰਮ ਹੋਲ ਦੀ ਮੋਢੇ ਦੀ ਕਟਾਈ ਬਾਰੇ ਦੱਸਿਆ ਹੈਗਾ। ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਉਹਦੇ ਵਿੱਚ ਸਮਝ ਲੱਗੀ ਹੋਊਗੀ ਹੈ ਨਾ, ਕਿਉਂਕਿ ਬਹੁਤ ਸੋਹਣੇ ਸੋਹਣੇ ਕਮੈਂਟ ਵੀ ਆਏ ਨੇ ਉਹ ਵੀਡੀਓ ਦੇ ਉੱਪਰ। ਜਿਹੋ ਜਿਹੀ ਵੀ ਤੁਸੀਂ ਕਟਾਈ ਜਾਂ ਸਿਲਾਈ ਸਿੱਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਜ਼ਰੂਰ ਦੇਵਾਂਗੇ ਤੁਹਾਨੂੰ ਅਸੀਂ ਉਹ ਵੀਡੀਓ, ਕਿਉਂਕਿ ਥੋੜ੍ਹੀ ਜਿਹੀ ਸਿਲਾਈ ਜ਼ਿਆਦਾ ਹੋਣ ਕਰਕੇ ਟਾਈਮ ਘੱਟ ਹੁੰਦਾ ਜੀ ਹੈ ਨਾ। ਵੀ ਇਹ ਨਹੀਂ ਹੈਗਾ ਵੀ ਹਰ ਇੱਕ ਵੀਡੀਓ ਨਹੀਂ ਬਣਾਈ ਜਾਂਦੀ, ਆਪਣੇ ਬੁਟੀਕ 'ਤੇ ਜਿਹੜਾ ਹੈਗਾ ਸਿਲਾਈ ਦਾ ਬਹੁਤ ਜ਼ਿਆਦਾ ਕੰਮ ਹੈਗਾ ਆ, ਉਹਦੇ ਕਰਕੇ ਜਿੰਨੀ ਕੁ ਅਸੀਂ ਜਿਹੜੀ ਉਹ ਇੱਕ ਭੈਣ ਦੇ ਤਾਂ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਮੋਢੇ ਦੀ ਕਟਾਈ ਨੂੰ ਲੈ ਕੇ ਵੀ ਇਹਦੀ ਕਟਾਈ ਦੱਸੋ, ਮੈਨੂੰ ਲੱਗਦਾ ਵੀ ਤੁਹਾਨੂੰ ਸਮਝ ਲੱਗੀ ਹੋਊਗੀ ਹੈ ਨਾ। ਕੋਸ਼ਿਸ਼ ਤਾਂ ਅਸੀਂ ਇਹੀ ਕਰੀ ਹੈ, ਪਰ ਜਿਹੀ ਜਿਹੀ ਵੀ ਅਸੀਂ ਤੁਹਾਡੇ ਨਾਲ ਹੌਲੀ ਹੌਲੀ ਹੈ ਨਾ ਸਾਰੀਆਂ ਕਟਿੰਗਾਂ ਜਾਂ ਸਿਲਾਈ ਸ਼ੇਅਰ ਕਰਿਆ ਕਰਾਂਗੇ। ਜਦੋਂ ਸਾਡੇ ਕੋਲ ਟਾਈਮ ਹੁੰਦਾ ਕੁਛ ਵੀ ਨਵਾਂ ਸਿਖਾਉਣੇ ਆ ਅਸੀਂ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੁੰਦੇ ਹਾਂ। ਅਤੇ ਦੇਖੋ ਜੀ ਆਪਣੇ ਜਿਹੜੇ ਹੈਗੇ ਨੇ ਅੱਜ ਦੇ ਸੂਟ ਹੈਗੇ ਆ ਜਿਹੜੇ ਹੁਣ ਮੈਂ ਬਸ ਤਿਆਰ ਹੋਏ ਆ, ਰਾਤ ਪ੍ਰੈਸਾਂ ਹੋ ਗਈਆਂ ਸੀਗੀਆਂ ਇਹਨਾਂ ਦੇ ਉੱਪਰ, ਅੱਜ ਮੈਂ ਕਿਹਾ ਹੁਣ ਮੈਂ ਪਾਉਣ ਲੱਗੀ ਸੀਗੀ ਵੀ ਜਿਹੜੇ ਆਪਾਂ ਦੇਣੇ ਆ ਇਹ ਜਿਹੜੇ ਕੋਟਨ ਦੇ ਸੂਟ, ਇਹ ਤਾਂ ਕੋਟਨ ਦਾ ਸੂਟ ਹੈਗਾ ਜੀ, ਬਿਲਕੁਲ ਸਿੰਪਲ ਸੂਟ ਹੈਗਾ। ਅਤੇ ਇਹਦੀ ਅਸੀਂ ਪਾਕਿਸਤਾਨੀ ਬਾਜੂ ਰੱਖੀ ਹੈ, ਦੇਖੋ ਪਾਕਿਸਤਾਨੀ ਬਾਜੂ ਰੱਖੀ ਹੈ, ਅਤੇ ਮੂਹਰੇ ਜਿਹੜੀ ਹੈਗੀ ਆਪਾਂ ਨੇ ਪਾਈਪਿੰਨ ਕੱਢੀ ਹੈ, ਲੇਸ ਦੀ ਪਾਈਪਿੰਨ ਕੱਢੀ ਹੈ ਅਸੀਂ, ਆਹ ਦੇਖੋ ਲੈਸ ਦੀ ਪਾਈਪਿੰਨ ਕੱਢੀ ਹੈ, ਅਤੇ ਆਪਾਂ ਨੇ ਸਾਰੀ ਚਾਕਾਂ 'ਤੇ ਵੀ ਕੱਢੀ ਹੈ ਅਤੇ ਘੇਰੇ 'ਤੇ ਵੀ ਕੱਢੀ ਹੈ। ਦੇਖੋ ਘੇਰੇ 'ਤੇ ਵੀ ਆਪਾਂ ਨੇ ਪਾਈਪਿੰਨ ਕੱਢੀ ਹੈਗੀ, ਜਿਹੜਾ ਕਲਰ ਮੋਰ ਪੰਖੀ ਕਲਰ ਦੀ ਕੱਢੀ ਹੈ, ਜਿਹੜਾ ਇਹਦੇ ਵਿੱਚ ਕਲਰ ਦੀ ਭੌਂ ਸੀਗੀ, ਅਤੇ ਪਾਕਿਸਤਾਨੀ ਬਾਜੂ ਕਰੀ ਹੈ। ਪਾਕਿਸਤਾਨੀ ਬਾਜੂ ਸਲਵਾਰ ਜਿਹੜੀ ਹੈਗੀ ਸਟੇਟ ਜੀ ਕਰੀ ਹੈ ਆਪਾਂ ਨੇ, ਪਾਕਿਸਤਾਨੀ ਬਾਜੂ ਆਪਾਂ ਇਸ ਕਰਕੇ ਕਰੀ ਹੈ ਜੀ, ਕੰਮ ਧੰਦੇ ਦੇ ਵਿੱਚ ਪਾਉਣ ਲਈ ਬਹੁਤ ਕੰਫਰਟੇਬਲ ਰਹਿੰਦੀ ਹੈ ਇਹ ਵਾਲੀ ਬਾਂਹ, ਹੁਣ ਜਿਹੜਾ ਹੈਗਾ ਟ੍ਰੈਂਡ ਵੀ ਹੈਗਾ ਆ ਇਹ ਵਾਲੀ ਬਾਂਹ ਦਾ। ਅਤੇ ਦੂਸਰਾ ਆਪਣਾ ਸੂਟ ਹੋ ਗਿਆ ਜੀ ਇਹ ਵਾਲਾ ਸੂਟ ਹੋ ਗਿਆ ਆਪਣਾ, ਇਹ ਗੋਟਾ ਪੱਤੀ ਦਾ ਸਾਰਾ ਵਰਕ ਹੈਗਾ, ਔਰਗੰਜਾ ਦਾ ਕਮੀਜ਼ ਹੈਗਾ ਆ, ਇਹ ਮੈਂ ਤੁਹਾਨੂੰ ਖੋਲ੍ਹ ਕੇ ਦਿਖਾ ਦਾਂਗੀ। ਆਹ ਦੇਖੋ ਸੂਟ 'ਤੇ ਸਾਰਾ ਔਰਗੰਜਾ ਦਾ ਵਰਕ ਹੈਗਾ, ਵਿੱਚ ਜਿਹੜਾ ਹੈਗਾ ਆਪਾਂ ਨੇ ਮਸਲੀਨ ਟਾਪਟਾ ਲਾਇਆ, ਇੱਕ ਸਿੰਪਲ ਟਾਪਟਾ ਆਉਂਦਾ ਆ ਜਿਹੜਾ ਵਿੱਚ ਲੱਗਦਾ ਆ ਹੈ ਨਾ, ਉਹ ਥੋੜ੍ਹਾ ਜਿਹਾ ਗਫ ਹੁੰਦਾ, ਇਹਨੂੰ ਮਸਲੀਨ ਟਾਪਟਾ ਬੋਲਦੇ ਆ।
ਇਹ ਮਸਲੀਨ ਟਾਪਟ ਹੈ, ਇਹ ਜਿਵੇਂ ਆਪਾਂ ਗਰਮੀ ਦੇ ਮੌਸਮ ਦੇ ਵਿੱਚ ਵੀ ਪਾ ਸਕਦੇ ਹਾਂ, ਠੰਡਾ ਜਿਹਾ ਹੁੰਦਾ ਆ ਅਤੇ ਥੋੜ੍ਹਾ ਜਿਹਾ ਪਤਲਾ ਵੀ ਹੁੰਦਾ। ਇਹ ਜਿਹੜਾ ਔਰਗੰਜਾ ਦੀ ਸ਼ਰਟ ਹੈਗੀ ਹੈ, ਇਹਦੀਆਂ ਬਾਜੂ ਜਿਹੜੀਆਂ ਹੈਗੀਆਂ ਖਾਲੀ ਸੀਗੀਆਂ ਅਤੇ ਬਾਹਾਂ ਖਾਲੀ ਸੀਗੀਆਂ, ਇਹਦੇ ਉੱਤੇ ਮੈਂ ਨਾਲ ਦਾ ਹੀ ਗੋਟਾ ਪੱਤੀ ਦਾ ਇਸ ਤਰ੍ਹਾਂ ਦਾ ਕਰਤਾ, ਮੈਨੂੰ ਖਾਲੀ ਨਹੀਂ ਵਧੀਆ ਲੱਗੀਆਂ ਅਤੇ ਕਿਉਂਕਿ ਸੂਟ 'ਤੇ ਵਰਕ ਹੈ ਵੀ ਸੀਗਾ, ਸੂਟ 'ਤੇ ਵਰਕ ਹੈ ਵੀ ਸੀਗਾ, ਬਾਹਾਂ ਫਿਰ ਮੈਨੂੰ ਖਾਲੀ ਜਿਹੀਆਂ ਲੱਗੀਆਂ। ਇਹਦੇ 'ਤੇ ਆਪਾਂ ਗੋਟਾ ਪੱਤੀ ਦੀਆਂ ਲੇਹਣਾ ਲਾਤੀਆਂ, ਪਾਕਿਸਤਾਨੀ ਜਿਹੜੀ ਹੈਗੀ ਆਪਾਂ ਇਹਨਾਂ ਦੀ ਬਾਜੂ ਰੱਖੀ ਹੈ। ਆਹ ਦੇਖੋ ਇਹ ਵਾਲੀ ਜਿਹੜੀ ਹੈਗੀ ਇਹਦੀ ਸਲਵਾਰ ਹੈਗੀ ਹੈ ਜੀ, ਬੋਟਮ ਇਹਦੀ ਇਹ ਵਾਲੀ ਹੈਗੀ ਹੈ, ਬੋਟਮ 'ਤੇ ਵੀ ਵਰਕ ਹੈਗਾ ਸੀਗਾ ਅਤੇ ਬੋਟਮ 'ਤੇ ਵੀ ਆਪਾਂ ਇਹ ਵਾਲੀ ਮੂਰੀ 'ਤੇ ਲੈਣਾ ਮੈਂ ਆਪਣੇ ਕੋਲੋਂ ਲਾਈਆਂ ਨੇ, ਕਿਉਂਕਿ ਬੁਟੀਕ ਤੋਂ ਤੁਹਾਡਾ ਸੂਟ ਸਿਲਾਉਣ ਦਾ ਇਹੀ ਇੱਕ ਫਾਇਦਾ ਹੁੰਦਾ ਆ ਹੈ ਨਾ, ਕਿ ਮਾੜਾ ਮੋਟਾ ਆਪਣੇ ਸੂਟ ਨੂੰ ਜਿਹੜਾ ਹੈਗਾ ਡੈਕੋਰੇਟ ਕੀਤਾ ਜਾਵੇ ਅਤੇ ਜਿੱਥੇ ਲੱਗਦਾ ਕਿ ਕੁਛ ਕਰਨਾ ਚਾਹੀਦਾ ਹੈ ਨਾ। ਇਹ ਮੈਂ ਮੂਰੀ ਦੇ ਉੱਪਰ ਡਿਜ਼ਾਇਨ ਕਰਤਾ, ਬਹੁਤ ਜ਼ਿਆਦਾ ਸੋਹਣੀ ਜਿਹੜੀ ਹੈਗੀ ਸਲਵਾਰ ਲੱਗਦੀ ਹੈ। ਇਹਦੀ ਸਲਵਾਰ ਜਿਹੜੀ ਹੈਗੀ ਆਪਾਂ ਬਣਾਈਏ ਜੀ ਚੱਕਵੇਂ ਕੁੰਦਿਆਂ ਦੀ, ਚੱਕਵੇਂ ਕੁੰਦਿਆਂ ਦੀ ਜਿਵੇਂ ਕਹਿੰਦੇ ਆ, ਦੇਖੋ ਅੱਧ 'ਚੋਂ ਇਹਦੇ ਕੁੰਦੇ ਪੈਂਦੇ ਆ, ਇੱਥੇ ਤੱਕ ਆਪਾਂ ਨੇ ਪੱਟਾਂ ਤੋਂ ਮੂਰੀ ਦੀ ਕਟਾਈ ਕਰੀ ਹੋਈ ਹੈਗੀ ਅਤੇ ਚੱਕਵੇਂ ਕੁੰਦਿਆਂ ਵਾਲੀ ਸਲਵਾਰ ਬਣਾਈਏ, ਅੱਧ ਤੋਂ ਜਿਹੜੇ ਹੈਗੇ ਇਹਦੇ ਕੁੰਦੇ ਜਾਂਦੇ ਆ, ਇਹਦੇ ਆਪਾਂ ਮੂਹਰੇ ਪੱਟਾਂ ਅਤੇ ਬੈਲਟ ਦੇ ਵਿੱਚ ਲਾਈਨਿੰਗ ਲਾਈ ਹੈ, ਕਿਉਂਕਿ ਪਿਛਲੇ ਕੁੰਦਿਆਂ ਦੇ ਵਿੱਚ ਆਪਾਂ ਲਾਈਨਿੰਗ ਨਹੀਂ ਲਾਈ ਜੀ, ਫਿਰ ਜ਼ਿਆਦਾ ਜਿਹੜਾ ਹੈਗਾ ਹੈਵੀ ਹੋ ਜਾਂਦਾ। ਇਹ ਵਾਲਾ ਸੂਟ ਹੈਗਾ ਆਪਣਾ, ਅਤੇ ਬਾਕੀ ਆਪਣਾ ਇਹ ਵਾਲਾ ਆ ਗਿਆ ਜੀ ਕੋਟਨ ਦਾ ਸੂਟ। ਇਹਦੀ ਆਪਾਂ ਨੇ ਪਹਿਲਾਂ ਤੁਹਾਨੂੰ ਮੈਂ ਕਮੀਜ਼ ਦਿਖਾਵਾਂਗੀ, ਆਹ ਦੇਖੋ ਇਹ ਆਪਾਂ ਨੇ ਜਿਹੜਾ ਹੈਗਾ ਪਾਕਿਸਤਾਨੀ ਸੂਟ ਬਣਾਇਆ ਹੈਗਾ, ਏ ਸ਼ੇਪ ਦਾ ਜਿੱਦਾਂ ਆਪਾਂ ਕਹਿ ਲਈਏ ਹੈ ਨਾ, ਥੋੜ੍ਹਾ ਲੂਜ ਜਿਹਾ ਕੁੜਤਾ ਬਣਾਇਆ ਹੈਗਾ ਜਿਵੇਂ ਪਾਕਿਸਤਾਨੀ ਸੂਟ ਹੁੰਦਾ ਆ। ਇਹਦੇ ਗਲੇ 'ਤੇ ਜਿਹੜਾ ਹੈਗਾ ਦੇਖੋ ਲਾਈਟ ਜਿਹਾ ਵਰਕ ਸੀਗਾ ਅਤੇ ਇਹਦੀਆਂ ਬਾਹਾਂ 'ਤੇ ਮੈਂ ਇਸ ਤਰ੍ਹਾਂ ਦੀ ਲੇਸ ਦਿੱਤੀ ਹੈ, ਲੇਸ ਲਾਤੀ ਅਤੇ ਬਾਹਾਂ ਪਾਕਿਸਤਾਨੀ ਰੱਖੀਆਂ ਨੇ, ਘੇਰੇ 'ਤੇ ਵੀ ਮੈਂ ਇਸ ਤਰ੍ਹਾਂ ਦੀ ਲੇਸ ਲਾਤੀ। ਆਹ ਦੇਖੋ ਬਿਲਕੁਲ ਸਿੰਪਲ ਜੀ ਲੈਸ ਰੱਖੀ ਹੈ, ਇਹਦਾ ਘੇਰਾ ਹੈਗਾ ਜਿਹੜਾ 30-32 ਇੰਚ ਘੇਰਾ ਹੈ ਜੀ, ਉਹਨਾਂ ਦਾ ਘੇਰਾ ਵੈਸੇ 24 ਸੀਗਾ, ਉਹਨਾਂ ਨੇ ਲੂਜ ਹਿੱਪ ਤੋਂ ਵੀ ਆਪਾਂ ਨੇ 2 ਇੰਚ ਲੂਜ ਰੱਖੇ ਹੈ। ਅਤੇ ਇਹ ਵਾਲੀ ਇਹਦੀ ਸਲਵਾਰ ਹੈਗੀ, ਬਿਲਕੁਲ ਪਾਕਿਸਤਾਨੀ ਸੂਟ ਹੈਗਾ ਆ, ਆਹ ਦੇਖੋ ਪਾਕਿਸਤਾਨੀ ਹੀ ਸਲਵਾਰ ਹੈ। ਨੀਚੇ ਮੈਂ ਮੂਰੀ 'ਤੇ ਵੀ ਥੋੜ੍ਹੀ ਜਿਹੀ ਲੇਸ ਲਾਤੀ, ਕਿਉਂਕਿ ਮੂਰੀ ਦਾ ਬਹੁਤ ਜ਼ਿਆਦਾ ਟਰੈਂਡ ਹੈਗਾ ਹੁਣ, ਮੂਰੀ ਲੈਸ ਵਾਲੀ ਮੂਰੀ ਦਾ ਬਹੁਤ ਜ਼ਿਆਦਾ ਟਰੈਂਡ ਚੱਲ ਰਿਹਾ, ਕਿਉਂਕਿ ਹੈ ਨਾ ਜਦੋਂ ਸਿਲਾਈ ਕਰਦੇ ਹਾਂ ਕੁਛ ਤਾਂ ਇਹ ਹੁੰਦਾ ਵੀ ਕੁਛ ਭੈਣਾਂ ਵੀ ਸਿਖਾ ਜਾਂਦੀਆਂ ਨੇ ਮਾੜਾ ਮੋਟਾ ਹੈ ਨਾ ਆਪਾਂ ਨੂੰ, ਅਤੇ ਦੱਸ ਜਾਂਦੇ ਆ ਵੀ ਇੱਦਾਂ ਕਰਨਾ ਇੱਦਾਂ ਕਰਨਾ। ਇਹ ਕਮੀਜ਼ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਹੀ ਹੋਇਆ, ਇਹ ਵੀ ਉਹਨਾਂ ਦਾ ਹੀ ਕਮੀਜ਼ ਹੈ, ਲਾਈਨਿੰਗ ਵਾਲਾ ਕਮੀਜ਼ ਹੈ। ਇੱਕ ਸੂਟ ਆ ਗਿਆ ਇਹ ਵਾਲਾ, ਇਹ ਜਿਹੜਾ ਹੈਗਾ ਮਸਲੀਨ ਦਾ ਸੂਟ ਹੈ, ਇਹ ਸਿੰਪਲ ਰੱਖਿਆ ਹੋਇਆ ਬਿਲਕੁਲ ਸਿੰਪਲ, ਜਿਹੜਾ ਪ੍ਰਿੰਟ ਕਮੀਜ਼ ਹੈਗਾ ਪਲੇਨ ਸਲਵਾਰ ਹੈਗੀ ਹੈ, ਬੋਟਮ ਜਿਹੜੀ ਹੈਗੀ ਇਹਨਾਂ ਦੀ ਪਲੇਨ ਹੈਗੀ ਹੈ ਅਤੇ ਇਹ ਬਿਲਕੁਲ ਸਿੰਪਲ ਰੱਖਿਆ ਹੋਇਆ। ਇਹਦੇ 'ਤੇ ਕੀ ਹੈ, ਇਹਦੇ 'ਤੇ ਪਿੱਸੇ ਗਲੇ 'ਤੇ ਅਸੀਂ ਦੇਖੋ ਜਿੱਪ ਲਾਈਏ, ਗਲਾ ਡੀਪ ਰੱਖ ਕੇ ਦੇਖੋ ਆਪਣੀ ਜਿੱਪ ਕਿਤੋਂ ਦਿਖ ਵੀ ਨਹੀਂ ਰਹੀ, ਸਿਰਫ ਇੱਕ ਕੁੰਡਾ ਹੀ ਦਿਖੇਗਾ ਸਾਡੀ ਜਿੱਪ ਦਾ। ਆਹ ਦੇਖੋ ਮੈਂ ਨੇੜੇ ਲਾ ਕੇ ਕੈਮਰਾ ਦਿਖਾਵਾਂਗੀ, ਦੇਖੋ ਜਿੱਪ ਜਿਹੜੀ ਹੈਗੀ ਅੰਡਰਗਰਾਊਂਡ ਜਿੱਪ ਲਾਈਏ, ਜਿਹਨੂੰ ਗੁੰਮ ਜਿੱਪ ਕਹਿੰਦੇ ਆਪਾਂ, ਆਪਾਂ ਤੁਹਾਨੂੰ ਖੋਲ੍ਹ ਕੇ ਵੀ ਦਿਖਾਉਣੀ ਹੈ। ਦੇਖੋ ਮੈਂ ਦੇਖੋ ਇੱਥੋਂ ਕੁੰਡੇ ਤੋਂ ਫੜੋ, ਇਹ ਅਸੀਂ ਜਿੱਪ ਲਾ ਤਾਂ ਦਿੰਦੇ ਹਾਂ ਜੀ ਅਗਲੇ ਦੇ ਕਹਿਣ 'ਤੇ, ਪਰ ਜੇ ਇਹ ਜਿੱਪ ਖਰਾਬ ਵਗੈਰਾ ਹੁੰਦੀ ਹੈ ਉਹਦੀ ਸਾਡੀ ਕੋਈ ਗਰੰਟੀ ਨਹੀਂ ਹੁੰਦੀ, ਕਿਉਂਕਿ ਫਿਰ ਇਹਦੀ ਲੇਬਰ ਜ਼ਿਆਦਾ ਲੱਗਦੀ ਹੈ ਕਾਰੀਗਰਾਂ ਦੇ ਹਿਸਾਬ ਨਾਲ ਹੈ ਨਾ, ਉੱਦਾਂ ਹੀ ਲੇਬਰ ਲੱਗਦੀ ਹੈ। ਇਹਦਾ ਗਲਾ ਦੇਖੋ ਡੀਪ ਰੱਖੇ, ਜਿੱਪ ਲੱਗੀ ਬੜੀ ਸੋਹਣੀ ਲੱਗਦੀ ਹੈ, ਫੁੱਲ ਲਾਈਨਿੰਗ ਜਿਹੜਾ ਹੈਗਾ ਸੂਟ ਹੈਗਾ। ਬਾਕੀ ਉਹਨਾਂ ਨੇ ਸਿੰਪਲ ਰਖਾਇਆ, ਬਾਂਹ ਵੀ ਸਿੰਪਲ ਰਖਾਈ ਹੈ, ਜਿੱਦਾਂ ਕਿ ਨੈਰੋ ਜੀ ਬਾਂਹ ਚੱਲਦੀ ਹੈ ਹੈ ਨਾ, ਇਹ ਬਾਂਹ ਰਖਾਈ ਹੋਈ ਹੈ ਸਿੰਪਲ। ਇਹਨਾਂ ਦੀ ਸਲਵਾਰ ਹੈਗੀ ਹੈ ਅਤੇ ਜਿਹੜਾ ਅਗਲਾ ਸੂਟ ਆਪਣੇ ਕੋਲ ਹੈਗਾ ਜੀ,
ਇਹ ਦੇਖੋ, ਇਹ ਵੀ ਜਿਹੜਾ ਹੈਗਾ ਕੋਟਨ ਦਾ ਸੂਟ ਹੈਗਾ, ਜਿੱਦਾਂ ਕਿ ਹੁਣ ਟ੍ਰੈਂਡ ਦੇ ਵਿੱਚ ਹੈ। ਦੇਖੋ ਲੈਸਾਂ ਲਾ ਕੇ ਬਣਿਆ ਹੋਇਆ ਇਹ ਸੂਟ। ਹਾਂ ਦੇਖੋ, ਇਹ ਲੈਸਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਸੀਗੀਆਂ ਲੈਸਾਂ, ਅਤੇ ਬਾਹਾਂ 'ਤੇ ਬਾਹਾਂ ਖਾਲੀ ਸੀਗੀਆਂ, ਬਾਹਾਂ 'ਤੇ ਫਿਰ ਮੈਂ ਇਹ ਵਾਲੀ ਲੇਸ ਲਾ ਤੀ, ਪਾਕਿਸਤਾਨੀ ਬਾਂਹ ਕਰੀ ਹੈ ਇਹਨਾਂ ਦੀ। ਗਲਾ ਜਿਹੜਾ ਹੈਗਾ ਆਪਾਂ ਲੈਸ ਦੇ ਹਿਸਾਬ ਨਾਲ ਹੀ ਕਟਿੰਗ ਕਰਕੇ ਮੋੜਿਆ। ਦੇਖੋ ਲੈਸ ਦੀ ਸੇਪ ਤੁਹਾਨੂੰ ਦਿਖਦੀ ਹੋਊ, ਹੈ ਨਾ, ਇਸ ਤਰ੍ਹਾਂ ਜੇ ਲੈਸ ਦੀ ਸੇਪ ਜਾਂਦੀ ਹੈ ਉਹ ਹਿਸਾਬ ਨਾਲ ਆਪਾਂ ਨੇ ਇਹਨਾਂ ਦਾ ਗਲਾ ਰੱਖਤਾ। ਬਾਕੀ ਜਿਹੜਾ ਹੈਗਾ ਸਿੰਪਲ ਹੈਗਾ। ਇਹਨਾਂ ਦੀ ਸਲਵਾਰ ਦੇਖੋ ਵਰਕ ਵਾਲੀ ਹੈ। ਸਲਵਾਰ ਦਾ ਜਿਹੜਾ ਹੈਗਾ ਜੀ, ਇਹਨਾਂ ਦੀ ਸਿੰਪਲ ਮੂਹਰੋਂ ਸਿੱਧੀ ਸੀਗੀ, ਸਟੇਟ ਸੀਗੀ ਸਲਵਾਰ ਦੇ ਨੀਚੇ ਵਰਕ ਤਾਂ ਸੀਗਾ, ਇਹ ਕਟਾਮ ਵਾਲਾ ਵਰਕ ਸੀਗਾ ਪਰ ਸਟੇਟ ਸੀਗੀ। ਫਿਰ ਅਸੀਂ ਕੀ ਕੀਤਾ, ਅਸੀਂ ਜਿਹੜੇ ਹੈਗੇ ਪੇਪਰ ਪੇਸਟਿੰਗ 'ਤੇ, ਹੈ ਨਾ, ਇਹਦੇ ਨਾਲ ਦੇ ਕਟਾਮ ਕੱਟ ਲਏ, ਸੋਰੀ ਬੁਕਰਮ 'ਤੇ, ਬੁਕਰਮ 'ਤੇ ਜਿਹੜੇ ਹੈਗੇ ਕਟਾਮ ਕੱਟ ਲਏ ਨੇ। ਕਟਾਮ ਕੱਟ ਕੇ ਉਹਨਾਂ ਦੇ ਵਰਕ ਦੇ ਹਿਸਾਬ ਨਾਲ ਹੀ ਆਪਾਂ ਨੇ ਮੂਹਰੀ ਤਿਆਰ ਕਰੀਏ। ਦੇਖੋ, ਕਿਉਂਕਿ ਬੁਟੀਕ 'ਚੋਂ ਸੂਟ ਤੁਹਾਡਾ ਕਰਾਉਣ ਦਾ ਇਹੀ ਇੱਕ ਫਾਇਦਾ ਹੁੰਦਾ, ਉਹ ਆਪਣੇ ਹਿਸਾਬ ਨਾਲ ਵਧੀਆ ਸੂਟ ਨੂੰ ਤਿਆਰ ਕਰਕੇ ਦਿੰਦੇ ਆ, ਹੈ ਨਾ ਜੀ, ਅਤੇ ਅਗਲਾ ਵਿਸ਼ਵਾਸ 'ਤੇ ਕਰਾਉਂਦਾ। ਸਾਡੀ ਆਦਤ ਹੈ ਅਸੀਂ ਹਰ ਇੱਕ ਦਾ ਸੂਟ ਜਿਹੜਾ ਹੈਗਾ ਵਧੀਆ ਬਣਾ ਕੇ ਦੇਣਾ ਹੁੰਦਾ। ਦੇਖੋ ਹੁਣ ਜਿਹੜੀ ਕੱਟ ਵਰਕ ਦੀ ਮੂਹਰੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ, ਕਟਾਮ ਵਾਲੀ ਮੂਹਰੀ ਇੰਨੀ ਸੋਹਣੀ ਲੱਗਦੀ ਹੈ। ਰੱਖ ਤਾਂ ਬੇਸ਼ੱਕ ਅਸੀਂ ਸਿੰਪਲ ਦਿੰਦੇ, ਪਰ ਸਿੰਪਲ ਸੋਹਣੀ ਨਹੀਂ ਸੀ ਲੱਗਣੀ, ਕਿਉਂਕਿ ਬਹੁਤ ਦੇ ਮੈਂ ਦੇਖਿਆ ਸਿੰਪਲ ਬਣੇ ਹੁੰਦੇ ਆ, ਇਹ ਕਟਾਮ ਦੇ ਨਾਲ ਸ਼ੇਪ ਦੇ ਨਾਲ ਹੀ ਬਣ ਗਈ ਮੂਹਰੀ। ਦੇਖੋ, ਕਿਉਂਕਿ ਜੀ ਇੰਨਾ ਕੁ, ਹੈ ਨਾ, ਚਲੋ ਜਿਹੜੀਆਂ ਮੇਰੇ ਭੈਣਾਂ ਘਰ ਸਿਲਾਈ ਵਗੈਰਾ ਕਰਦੀਆਂ ਨੇ ਉਹਨਾਂ ਨੂੰ ਵੀ ਥੋੜ੍ਹਾ ਬਹੁਤਾ ਪਤਾ ਲੱਗ ਜਾਂਦਾ। ਚਲੋ ਜ਼ਰੂਰੀ ਨਹੀਂ ਵੀ ਸਾਰੇ ਸਿਲਾਉਂਦੇ ਹੀ ਨੇ, ਹੈ ਨਾ, ਵਿੱਚ ਮੇਰੇ ਭੈਣਾਂ ਘਰ ਸਿਲਾਈ ਕਰ ਲੈਂਦੀਆਂ ਨੇ, ਅਤੇ ਚਲੋ ਦੇਖ ਕੇ ਮਾੜਾ ਮੋਟਾ ਪਤਾ ਲੱਗ ਜਾਂਦਾ, ਤਾਂ ਕਰਕੇ ਆਪਾਂ ਜਿਹੜੀ ਹੈਗੀ ਵੀਡੀਓ ਸ਼ੇਅਰ ਕਰਦੇ ਹੁੰਦੇ ਹਾਂ। ਕਿਉਂਕਿ ਹਰ ਇੱਕ ਕੋਈ ਸ਼ੁਰੂ ਤੋਂ ਨਹੀਂ ਸਿੱਖਿਆ ਹੁੰਦਾ, ਹੈ ਨਾ, ਹਰ ਇੱਕ ਕੋਈ ਸ਼ੁਰੂ ਤੋਂ ਨਹੀਂ ਕੰਮ ਕਰਦਾ। ਅਸੀਂ ਵੀ ਜਿਹੜਾ ਹੈਗਾ, ਜੇ ਆਪਾਂ ਹੁਣ ਵੀ ਕਹੀਏ ਸਿੱਖਣ ਦੀ ਸਾਰੀ ਉਮਰ ਜ਼ਰੂਰਤ ਹੁੰਦੀ ਹੈ ਜੀ, ਹੈ ਨਾ, ਬਥੇਰੇ ਜਿਹੜੇ ਹੈਗੇ ਨੇ ਆਪਾਂ ਵੀ ਕਿਸੇ ਤੋਂ ਸਿੱਖਦੇ ਹਾਂ, ਇਹ ਨਹੀਂ ਹੈਗਾ ਵੀ ਆਪਾਂ ਨੂੰ ਸਾਰਾ ਕੁਛ ਆਉਂਦਾ, ਜ਼ਰੂਰੀ ਨਹੀਂ ਹੁੰਦਾ, ਆਪਾਂ ਕਦੇ ਇਹ ਗੱਲ ਦਾ ਕੋਈ ਮਾਣ ਨਹੀਂ ਹੁੰਦਾ। ਸਿੱਖਣ ਦੀ ਸਾਰੀ ਉਮਰ ਆਪਾਂ ਨੂੰ ਲੋੜ ਹੁੰਦੀ ਹੈ। ਕਈ ਵਾਰੀ ਆਪਾਂ ਬਸ ਆਪਾਂ ਨੂੰ ਕੱਪੜੇ ਦੇਣ ਵਾਲਾ ਵੀ, ਹੈ ਨਾ, ਜਿਹੜੇ ਕੱਪੜੇ ਸਿਲਾਈ ਕਰਾਉਣ ਆਉਂਦੇ ਨੇ ਆਪਾਂ ਨੂੰ ਉਹ ਵੀ ਬਹੁਤ ਕੁਛ ਦੱਸ ਜਾਂਦੇ ਆ ਵੀ ਇੱਦਾਂ ਕਰ ਦਿਓ ਇੱਦਾਂ ਕਰ ਦਿਓ। ਨਹੀਂ, ਆਪਣੀ ਆਦਤ ਹੈ ਬਸ ਹਰ ਇੱਕ ਦਾ ਵਧੀਆ ਤਰੀਕੇ ਨਾਲ ਸੂਟ ਜਿਹੜਾ ਹੈਗਾ ਤਿਆਰ ਕਰਕੇ ਦੇਣਾ ਹੁੰਦਾ ਜੀ। ਚਲੋ ਜੀ, ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ ਜੀ।